ਸਤਿਗੁਰ ਆਗੈ ਸੀਸ ਭੇਟ ਦੇਵੋ ਸਤਿਗੁਰ ਆਗੈ ਸੀਸ ਭੇਟ ਦੇਵੋ ਸੀਸ ਭੇਟ ਦੇਵੋ ਜੀ ਸਤਿਗੁਰ ਸਾਚੇ ਸਤਿਗੁਰ ਆਗੈ ਸੀਸ ਭੇਟ ਦੇਵੋ ਸਤਿਗੁਰ ਆਗੈ ਸੀਸ ਭੇਟ ਦੇਵੋ ਸੀਸ ਭੇਟ ਦੇਵੋ ਪੰਜਾਬੀ ਬੇਸ਼ੱਕ ਜਿੱਥੇ ਵੀ ਜਾ ਕੇ ਵਸਣ ਇਹ ਆਪਣੇ ਮਾਣ ਮੱਤੇ ਇਤਿਹਾਸ ਨੂੰ ਨਾਲ ਨਾਲ ਰੱਖਦੇ ਨੇ। ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਸਿੱਖਾਂ ਨੇ ਖਾਸੀ ਪਹਿਚਾਣ ਅਤੇ ਰੁਤਬਾ ਕਾਇਮ ਕੀਤਾ ਹੈ। ਅਮਰੀਕਾ ਦੇ ਵਿੱਚ ਅਪ੍ਰੈਲ ਅਤੇ ਮਈ ਮਹੀਨੇ ਵਿਸਾਖੀ ਨੂੰ ਸਮਰਪਿਤ ਹੁੰਦੇ ਨੇ। ਵਿਸਾਖੀ ਭਾਵੇਂ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਅਮਰੀਕਾ ਦੇ ਵਿੱਚ ਸਿੱਖ ਡੇ ਪਰੇਡ ਜਾਣੀ ਕਿ ਨਗਰ ਕੀਰਤਨ ਕੇਵਲ ਸ਼ਨੀਵਾਰ ਨੂੰ ਹੀ ਕੱਢੇ ਜਾਂਦੇ ਨੇ। ਇਹ ਸਿਲਸਿਲਾ ਪੂਰੇ ਅਪ੍ਰੈਲ ਅਤੇ ਮਈ ਦੇ ਮਹੀਨੇ ਤੱਕ ਚੱਲਦਾ ਹੈ। ਇਸੇ ਦੇ ਚੱਲਦਿਆਂ ਨਿਊ ਜਰਸੀ ਦੇ ਸ਼ਹਿਰ ਕਾਰਟਰੇਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12ਵਾਂ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਨੇ ਮਿਲਜੁਲ ਕੇ ਇਹ ਉਪਰਾਲਾ ਕੀਤਾ। ਸਵੇਰੇ ਬੋਰੋ ਹਾਲ ਵਿਖੇ ਕੇਸਰੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ 'ਤੇ ਕਾਰਟਰੇਟ ਦੇ ਮੇਅਰ ਡੇਨੀਅਲ ਜੇ ਰਾਇਮਨ ਨੇ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ, ਜਿਸ ਤੋਂ ਬਾਅਦ ਨਗਰ ਕੀਰਤਨ ਦੀ ਆਰੰਭਤਾ ਹੋਈ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ। ਕਈ ਲੋਕਲ ਸੰਸਥਾਵਾਂ ਨੇ ਇਸ ਮੌਕੇ 'ਤੇ ਲੰਗਰ ਸਜਾਏ ਹੋਏ ਸਨ, ਜਿੱਥੇ ਅਮਰੀਕਨ ਲੋਕ ਇਸ ਮੌਕੇ 'ਤੇ ਰੰਗ ਬਿਰੰਗੀਆਂ ਪੱਗਾਂ ਦੇਖ ਕੇ ਅਲੌਕਿਕ ਨਜ਼ਾਰੇ ਦਾ ਆਨੰਦ ਮਾਣ ਰਹੇ ਸਨ। ਉੱਥੇ ਨਾਲ ਹੀ ਉਹਨਾਂ ਬਾਬੇ ਨਾਨਕ ਦਾ ਲੰਗਰ ਵੀ ਛਕਿਆ। ਨਗਰ ਕੀਰਤਨ ਦੇ ਵਿੱਚ ਪਹੁੰਚੀ ਸਿੱਖ ਸੰਗਤ ਅਤੇ ਅਹਿਮ ਸ਼ਖਸੀਅਤਾਂ ਨੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅੱਜ ਦੇ ਸ਼ੁਭ ਦਿਹਾੜੇ 'ਤੇ ਲੋਕਲ ਵੱਸਦੇ ਸਿੱਖਾਂ ਨੂੰ ਅਤੇ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਨੂੰ ਖਾਲਸੇ ਦੇ ਸਿਰਜਣਾ ਦਿਵਸ 'ਤੇ ਵਧਾਈ ਦਿੰਦਾ, ਔਰ ਉਹਦੇ ਨਾਲ ਦੇ ਨਾਲ ਮੈਂ ਇਹ ਵੀ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੁੰਦਾ ਕਿ ਜਿਸ ਟਾਊਨ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇੱਥੇ ਡਾਇਵਰਸਿਟੀ ਹੈਗੀ ਆ, ਅਲੱਗ ਅਲੱਗ ਕੌਮਾਂ ਸਾਡੀ ਇੱਥੇ ਵੱਸਦੀਆਂ ਹੈਗੀਆਂ ਵਾ, ਪਰ ਇਸ ਟਾਊਨ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਅਕਨੋਲਜ ਕਰਦੀ ਹੈ, ਸਪੋਰਟ ਕਰਦੀ ਹੈ ਡਾਇਵਰਸਿਟੀ ਨੂੰ। ਇਹੀ ਕਾਰਨ ਆ ਕਿ ਸਿੱਖ ਪਿਛਲੇ ਤਕਰੀਬਨ 10 ਸਾਲਾਂ ਤੋਂ ਕਾਰਟਰੇਟ ਦੇ ਸਿਟੀ ਹਾਲ ਦੇ ਵਿੱਚ ਫਲੈਗ ਰੇਜ ਸੈਰੇਮਨੀ ਦੇ ਵਿੱਚ ਸੈਰੇਮਨੀ ਕਰਦੇ ਹੈਗੇ ਆ, ਔਰ ਆਪਣੀ ਇਸ ਆਜ਼ਾਦੀ ਦਾ ਅਤੇ ਆਪਣੇ ਰਾਈਟਸ ਦਾ ਜਿਹੜਾ ਨਿੱਘ ਮੰਨਦੇ ਆ ਇਸ ਸ਼ਹਿਰ ਦੇ ਵਿੱਚ। ਔਰ ਸਾਨੂੰ ਸਾਡੀ ਕਮਿਊਨਿਟੀ ਵਾਸਤੇ ਬਹੁਤ ਹੀ ਸ਼ਲਾਘਾਯੋਗ ਕਦਮ ਆ, ਔਰ ਸਿੱਖ ਕਮਿਊਨਿਟੀ ਇਸ ਟਾਊਨ ਦੇ ਵਿੱਚ ਜੋ ਚਾਹੇ ਉਹ ਕਰ ਸਕਦੀ ਆ, ਪਰ ਸ਼ਰਤ ਇਹ ਆ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਸੋਚ ਤੋਂ ਕੰਮ ਲੈਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਅਚੀਵ ਕਰ ਸਕਦੇ ਆ ਔਰ ਕਿਸ ਡਾਇਰੈਕਸ਼ਨ ਦੇ ਵਿੱਚ ਇਹਨਾਂ ਨੇ ਜਾਣਾ ਹੈਗਾ। ਇਹਦੇ ਬਾਰੇ ਜ਼ਰੂਰ ਸਾਡੀ ਸਿੱਖ ਲੀਡਰਸ਼ਿਪ ਹੈ, ਚਾਹੇ ਸਿੱਖ ਕਮਿਊਨਿਟੀ ਆ, ਸਿੱਖ ਸੰਸਥਾਵਾਂ ਹੈਗੀਆਂ, ਜਿੰਨੀਆਂ ਵੀ ਐਸੋਸੀਏਸ਼ਨ ਹੈਗੀਆਂ, ਐਟਲੀਸਟ ਇਹਨਾਂ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਜ਼ੋਰ ਦੇਣਾ ਚਾਹੀਦਾ ਵੀ ਅਸੀਂ ਕਿਸ ਡਾਇਰੈਕਸ਼ਨ ਨੂੰ ਜਾ ਰਹੇ ਹਾਂ ਔਰ ਕਿਸ ਡਾਇਰੈਕਸ਼ਨ ਨੂੰ ਅਸੀਂ ਜਾ ਸਕਦੇ ਹਾਂ ਕਿ ਜਿੰਨੇ ਕੁ ਸਾਡੇ ਇੱਥੇ ਰਾਈਟਸ ਹੈਗੇ ਸਿੱਖ ਕਮਿਊਨਿਟੀ ਨੂੰ। ਇਹਨਾਂ ਸ਼ਬਦਾਂ ਨਾਲ ਮੈਂ ਸਾਰੀ ਸਿੱਖ ਨੂੰ ਅੱਜ ਦੇ ਸ਼ੁਭ ਦਿਹਾੜੇ 'ਤੇ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਵਾਹ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਰਬੰਸ ਦਾਨੀ ਦੇ ਪ੍ਰਗਟ ਕੀਤੇ ਖਾਲਸਾ ਦੇ ਖਾਲਸਾ ਸਾਜਨਾ ਜਿਸ ਲਈ ਜਿੱਥੇ ਕਿਤੇ ਵੀ ਨਾਨਕ ਨਾਮ ਲੇਵਾ ਸਿੱਖ ਸੁਣਦਾ ਹੈ, ਬੈਠਾ ਹੈ, ਦੇਖਦਾ ਹੈ, ਸਭ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ। ਕਾਰਟਰ ਦੀ ਪਰੇਡ ਜਿਹੜੀ 12 ਸਾਲ ਤੋਂ ਪਹਿਲਾਂ ਸ਼ੁਰੂ ਹੋਈ ਸੀਗੀ, ਅੱਜ 12ਵੀਂ ਨਗਰ ਕੀਰਤਨ ਨਿਕਲਿਆ ਹੈ ਕਾਰਟਰ ਦੇ ਵਿੱਚ, ਔਰ ਬਾਰੋ ਹਾਲ ਦੇ ਵਿੱਚ ਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹਰ ਸਾਲ। ਸ਼ਾਨ ਸਾਹਿਬ ਚੜ੍ਹਾਉਣ ਤੋਂ ਉਪਰੰਤ ਸਤਿਗੁਰਾਂ ਦੀ ਅਗਵਾਈ ਹੇਠ, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਹੁੰਦਾ, ਔਰ ਅੱਜ ਦਾ ਨਗਰ ਕੀਰਤਨ ਜਿਹੜਾ ਹੈਗਾ ਬਹੁਤ ਹੀ ਸਕਸੈਸਫੁੱਲ ਹੋਇਆ, ਬੜੇ ਸਤਿਗੁਰਾਂ ਦੀ ਬਖਸ਼ੀ ਕਿਰਪਾ ਹੋਈ ਹੈਗੀ। ਮੈਂ ਸਮਝਦਾ ਕਿ 10 ਤੋਂ 12 ਹਜ਼ਾਰ ਦੇ ਗਰੀਬ ਸੰਗਤਾਂ ਨੇ ਪਾਰਟੀਸਪੇਟ ਕੀਤਾ। ਇਸ ਦੇ ਨਾਲ ਜੋ ਅਸੀਂ ਨਗਰ ਕੀਰਤਨ ਕੱਢਦੇ ਹਾਂ, ਇਹਦੇ ਨਾਲ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਨੂੰ ਵੀ ਇਹ ਇੱਕ ਮੈਸੇਜ ਪਹੁੰਚਦਾ ਹੈ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਿੱਖ ਕੌਣ ਹਨ।
ਕਿਉਂਕਿ 1984 ਤੋਂ ਬਾਅਦ ਜਾਂ 9/11 ਤੋਂ ਬਾਅਦ ਸਾਨੂੰ ਕਾਫੀ ਇੱਥੇ ਪ੍ਰੋਬਲਮ ਆਈਆਂ ਔਰ ਇਹਦੇ ਦੌਰਾਨ ਫਿਰ ਅਸੀਂ ਇਹ ਜਿਹੜਾ ਉਪਰਾਲਾ ਕੀਤਾ ਸਾਡੀ ਸਿੱਖ ਲੀਡਰਸ਼ਿਪ ਨੇ ਕਿ ਨਗਰ ਕੀਰਤਨ ਦੇ ਰੂਪ ਦੇ ਵਿੱਚ ਦੂਸਰੀਆਂ ਕਮਿਊਨਿਟੀਆਂ ਨੂੰ ਸੰਦੇਸ਼ ਪਹੁੰਚਾਇਆ ਜਾਵੇ, ਦੱਸਿਆ ਜਾਵੇ ਕਿ ਅਸੀਂ ਕੌਣ ਹਾਂ, ਅਸੀਂ ਮਿਲ ਲਾ ਦਿੱਤੇ ਅਤੇ ਵਾਲੇ ਨਹੀਂ ਹਾਂ, ਅਸੀਂ ਤਾਂ ਸਿੱਖ ਇੱਕ ਆਪਣੀ ਪੂਰੀ ਕੌਮ ਹੈ। ਸੋ ਇਹਦੇ ਨਾਲ ਬਹੁਤ ਹੀ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਪਤਾ ਲੱਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਤੁਸੀਂ ਖਾਲਸਾ ਸਥਾਪਨਾ ਦਿਵਸ 'ਤੇ ਕਾਰਡਰੇਟ ਦੀ ਧਰਤੀ 'ਤੇ ਖਾਲਸਾ ਸਥਾਪਨਾ ਦਿਵਸ ਨੂੰ ਸਮਰਪਿਤ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ ਕੱਢ ਰਹੇ ਹੋ, ਇਹ ਅੱਜ ਖਾਲਸੇ ਦੀਆਂ ਪ੍ਰਾਪਤੀਆਂ ਹਨ। ਜੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ, ਅੱਜ ਉਸ ਦੇ ਵੇਖ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਇਹ ਸਿੱਖੀ ਹੈ ਕਿਸ ਤਰ੍ਹਾਂ ਸਿੱਖੀ ਪ੍ਰਫੁੱਲਿਤ ਹੋ ਰਹੀ ਹੈ। ਕਈ ਵਾਰੀ ਅਸੀਂ ਸੋਚਦੇ ਸਾਂ ਕਿ ਸਾਨੂੰ ਕੋਈ ਅਮੈਰੀਕਾ ਜਾਂ ਬਾਹਰਲੀਆਂ ਧਰਤੀਆਂ 'ਤੇ ਵੀ ਸਿੱਖ ਵੀਰ ਮਿਲਣਗੇ ਪੱਗਾਂ ਸਜਾ ਕੇ ਔਰ ਆਪਣੇ ਦਾੜੀ ਪ੍ਰਕਾਸ਼ ਕਰਕੇ। ਤੁਸੀਂ ਅੱਜ ਖੁਦ ਮੀਡੀਆ ਰਾਹੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਰਡਰੇਟ ਦੀ ਧਰਤੀ 'ਤੇ ਖਾਲਸਾ ਸਥਾਪਨਾ ਦਿਵਸ ਨੂੰ ਸਮਰਪਿਤ ਸਿੱਖ ਡੇ ਪਰੇਡ ਕੱਢੀ ਗਈ ਹੈ। ਇਸ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਹਿੱਸਾ ਲਿਆ ਹੈ ਵਧਾਈ ਦੀਆਂ ਪਾਤਰ ਹਨ। ਇਸ ਨਗਰ ਕੀਰਤਨ ਦੇ ਦੌਰਾਨ ਸਿੱਖ ਭਾਈਚਾਰੇ ਨੇ ਦੂਜੀਆਂ ਕੌਮਾਂ ਨੂੰ ਵੀ ਆਪਣੀ ਵੱਖਰੀ ਪਹਿਚਾਣ ਬਾਰੇ ਜਾਗਰੂਕ ਕੀਤਾ ਕਿ ਸਿੱਖ ਕੌਣ ਨੇ ਅਤੇ ਇਹਨਾਂ ਦਾ ਅਕੀਦਾ ਅਤੇ ਇਤਿਹਾਸ ਕਿੰਨਾ ਗੌਰਵਮਈ ਹੈ। ਸੋ ਆਪਣੀ ਵਿਲੱਖਣ ਛਾਪ ਛੱਡਦਾ ਹੋਇਆ ਇਹ ਨਗਰ ਕੀਰਤਨ ਸਮਾਪਤ ਹੋ ਗਿਆ। ਨਿਊਯਾਰਕ ਤੋਂ ਅਵਤਾਰ ਸ਼ੇਰਪੁਰੀ ਦੀ ਰਿਪੋਰਟ, D5 ਚੈਨਲ ਪੰਜਾਬੀ।